ਗਿਆ ਦਸ ਜਾਣਾ 12 13 14 15 16 16 ਗੰਦੇ 16 ਤੰਦੇ ਸਾਡਾ ਬੰਦਾ ਦੁੱਧ ਪੁੱਤਰ ਨਵਾਬਲਾ ਬਾਰਾਣੀ ਪੂਜਿਆ ਰਾਜਾ ਦੀ ਆਉ ਪੂਜਾ ਸਵਾ ਦੇ ਦੀ ਰਾਣੀ ਰਾਜ ਮੈਂ ਸਵਾਗ ਪਾਣੀ ਤਿੱਤੜਾ ਦਰਬਾਰ ਕੋਰਾ ਕੋਰ ਮਾਂਜਾ ਦੁੱਧ ਮੈਂ ਪੂਜਾ ਮਾਂਗਾ ਜੈ ਸ਼੍ਰੀ ਰਾਧੇ। ਅੱਜ ਦਾ ਦਿਨ ਅੱਜ 25 ਅਗਸਤ 2020 ਅੱਜ ਮੰਗਲਵਾਰ ਰਾਧਾ ਅਸ਼ਟਮੀ ਹੈ ਅਤੇ ਇਹ ਜਿਹੜੀ ਹੈ ਸੰਤਾਨ ਵਾਸਤੇ ਵਰਤ ਰੱਖਿਆ ਜਾਂਦਾ ਹੈ ਜੀਆਂ ਉਹਦਾ ਵਰਤ ਹੁੰਦਾ ਹੈ ਬਛਦੁਆ ਇਹ ਦਰੁਬੜੀ ਦਰੁਬੜੀ ਬਛਦੁਆ ਪੂਜਦੇ ਨਾ ਜੀਆਂ ਬਛਦੁਆ ਪੂਜਦੇ ਅਤੇ ਇਹ ਗਏ ਦਰੁਬੜੀ ਹੁੰਦੀ ਹੈ ਅਤੇ ਇਹਦੇ ਵਿੱਚ ਦਰੁਬੜੀ ਮਾਤਾ ਦੀ ਪੂਜਾ ਕੀਤੀ ਜਾਂਦੀ ਹੈ ਇਹ ਆਪਣੀ ਸੰਤਾਨ ਵਾਸਤੇ ਜਨਾਨੀਆਂ ਵਰਤ ਰੱਖਦੀਆਂ ਨੇ ਉਹਦੀ ਲੰਬੀ ਆਯੂ ਵਾਸਤੇ ਰੋਗੇ ਕੋਲੋਂ ਦੂਰ ਹੋਣੇ ਵਾਸਤੇ ਅੱਛੀ ਤਰੱਕੀ ਹੋਵੇ ਅਤੇ ਆਉਣ ਵਾਲੇ ਸਮੇਂ ਵਿੱਚ ਵੀ ਬੱਚੇ ਜਿਹੜੇ ਅੱਛੀ ਤਰੱਕੀਆਂ ਕਰਨ ਅਤੇ ਇਹਦੇ ਵਿੱਚ ਨਿਰੋਹਾਰ ਪਹਿਲਾਂ ਔਰਤਾਂ ਵਰਤ ਰੱਖਦੀਆਂ ਸਵੇਰੇ ਦਾ ਪਾਣੀ ਵੀ ਨਹੀਂ ਪੀਂਦੀਆਂ ਹਨ ਅਤੇ ਉਹਦੇ ਬਾਅਦ ਫਿਰ ਉਹ ਇਹ ਰੋਟੀ ਬਣਾਉਂਦੀਆਂ ਨੇ ਇਹ ਗੱਟੂ ਕਛੂ ਅਸਾਂ ਬਣਾਏ ਦੇ ਨੇ ਗੁਜਰੀ ਬਣਾਈ ਦੀ ਹੈ ਇਹ ਗੁਜਰੀ ਦਹੀਂ ਰਿੜਕਾ ਦੀ ਹੈ ਗਵਾਲਾ ਬਣਾਇਆ ਦਾ ਹੈ ਅਤੇ ਫਿਰ ਇਹ ਬਣਾਈ ਹੈ ਅਤੇ ਇਹਦੀ ਪੂਜਾ ਕਰਦੀ ਵੀ ਜੇ ਗਵਾਂ ਵਛੜੇ ਦਿੰਦੀਆਂ ਨੇ ਉਹਦੀ ਸੰਤਾਨ ਵਧੀ ਰਹਿੰਦੀ ਹੈ ਇਹ ਸਾਡੀ ਸੰਤਾਨ ਵਧੀ ਅੱਜ ਕੱਲ੍ਹ ਦੇ ਬੱਚੇ ਕੀ ਮੈਸੇਜ ਦੇਣਾ ਅੱਜ ਕੱਲ੍ਹ ਦੇ ਬੱਚੇ ਇਹ ਮੈਸੇਜ ਦੇਣਾ ਕਿ ਸਾਡੇ ਕੰਨ ਚੜ੍ਹਨ ਸਿੱਖਣ ਦਿਖਣ ਇਹ ਸਾਡੀ ਬਹੂ ਹੈ ਸਾਲ ਹੋਇਆ ਵਿਆਹ ਦੇ ਅਸੀਂ ਵੈਸੇ ਕੰਨੇ ਲਈ ਜਾਂਦਾ ਇਸੇ ਗੱਲਾਂ ਇਹ ਇਹਦੇ ਕੋਲ ਬਿਠਾਈਆ ਬਣਾਏ ਅਸੀਂ ਹੁਣ ਅਸੀਂ ਸਿਖਾ ਦੇ ਹਾਂ ਵੀ ਇਹ ਕਰਨਾ ਅਤੇ ਅੱਗੇ ਬਸ ਇਸ ਪਰੰਪਰਾ ਕੀ ਅਸੀਂ ਰੀਤ ਕੀ ਚਲਾਉਣਾ ਹੈ ਇਹ ਸਾਡੀ ਹਿੰਦੂ ਸੰਸਕ੍ਰਿਤੀ ਦੀ ਜਿਹੜੀ ਇਹ ਰੀਤ ਹੈ ਪਰੰਪਰਾ ਹੈ ਅਤੇ ਇਹ ਲੁਪਤੀਆਂ ਹੁੰਦੀਆਂ ਜਾ ਰਹੀਆਂ ਨੇ ਕਿਉਂਕਿ ਅੱਜ ਕੱਲ੍ਹ ਦੇ ਬੱਚੇ ਇਹਨਾਂ ਚੀਜ਼ਾਂ ਪਰ ਧਿਆਨ ਘੜੀ ਦਿੰਦੇ ਹਨ ਅਤੇ ਧਿਆਨ ਦੇਣਾ ਚਾਹੀਦਾ ਬਜ਼ੁਰਗਾਂ ਦੇ ਕੰਨਾਂ ਲੱਗਣਾ ਚਾਹੀਦਾ ਉਹਦੇ ਕੋਲ ਪੁਰਾਣੀਆਂ ਕਥਾਂ ਸੁਣਨੀਆਂ ਚਾਹੀਦੀਆਂ ਅਤੇ ਇਹ ਤਿਉਹਾਰ ਜਿਹੜੇ ਨੇ ਮਨਾਉਣੇ ਚਾਹੀਦੇ ਖੁਸ਼ੀ ਨਾਲ ਅਤੇ ਜੈ ਸ਼੍ਰੀ